ਜੀ ਅੰਮ੍ਰਿਤਸਰ ਤੋਂ ਖਬਰ ਆ ਰਹੀ ਆ। ਅੰਮ੍ਰਿਤਸਰ ਦੇ ਵਿੱਚ ਨਿਹੰਗ ਸਿੰਘਾਂ ਦਾ ਰੈਸਟੋਰੈਂਟ ਦੇ ਉੱਤੇ ਹੰਗਾਮਾ। ਪਰਾਠਾ ਸਿੰਘ ਨਾਮ ਰੱਖਣ ਦੇ ਉੱਤੇ ਜਿਤਾਇਆ ਇਤਰਾਜ਼ ਅਤੇ ਪੋਸਟਰ ਫਾੜੇ, ਵਿਦੇਸ਼ ਦੇ ਵਿੱਚ ਰਹਿੰਦਾ ਆ ਮਾਲਕ। ਸੋ ਦੇਖੋ ਜੀ, ਗੱਲ ਤਾਂ ਗਲਤ ਆ, ਇੱਦਾਂ ਨਹੀਂ ਕਰਨਾ ਚਾਹੀਦਾ। ਕਦੀ ਵੀ ਤੁਸੀਂ ਮਤਲਬ ਕਿ ਕੋਈ ਸਰਨੇਮ ਜਾਂ ਫਿਰ ਹੈ ਨਾ ਕੋਈ ਵੀ ਤੁਸੀਂ ਇੱਦਾਂ ਦੀ ਚੀਜ਼ ਨਾ ਕਰੋ ਜਿਹਦੇ ਨਾਲ ਲੋਕਾਂ ਦੀਆਂ ਭਾਵਨਾਵਾਂ ਜਿਹੜੀਆਂ ਉਹ ਆਹਤ ਹੋਵੇ। ਸੋ ਇਹ ਜੀ ਅੰਮ੍ਰਿਤਸਰ ਦੇ ਇੱਕ ਰੈਸਟੋਰੈਂਟ ਮਾਲਿਕ ਨੂੰ ਹੋਟਲ ਦਾ ਨਾਮ ਪਰੌਂਠਾ ਸਿੰਘ ਰੱਖਣ ਦਾ ਜਿਹੜਾ ਉਹ ਭਾਰੀ ਪਿਆ ਆ। ਬੁੱਢਾ ਦਲ ਦੇ ਨਿਹੰਗ ਸਿੰਘਾਂ ਨੇ ਰੈਸਟੋਰੈਂਟ ਪਹੁੰਚ ਕੇ ਖੂਬ ਹੰਗਾਮਾ ਕੀਤਾ ਅਤੇ ਪੋਸਟਰ ਉਹਦੇ ਫੜਵਾ ਦਿੱਤੇ ਅਤੇ ਉਹਨੂੰ ਨਾਮ ਬਦਲਣ ਲਈ ਕਿਹਾ, ਜਿਸ ਤੋਂ ਬਾਅਦ ਰੈਸਟੋਰੈਂਟ ਦੇ ਮਾਲਕ ਨੇ ਕਿਹਾ ਕਿ ਉਹ ਸ਼ਾਮ ਤੱਕ ਨਾਮ ਬਦਲ ਲੈਣਗੇ। ਗੋਲਡਨ ਟੈਂਪਲ ਦੀ ਪਾਰਕਿੰਗ ਦੇ ਨਜ਼ਦੀਕ ਇੱਕ ਰੈਸਟੋਰੈਂਟ ਖੋਲ੍ਹਿਆ ਗਿਆ ਸੀ, ਜਿਹਦਾ ਨਾਮ ਪੀਜ਼ਾ ਕਿੰਗ ਪਰਾਂਠਾ ਸਿੰਘ ਰੱਖਿਆ ਗਿਆ, ਜਿਹਦੇ ਉੱਪਰ ਇਤਰਾਜ਼ ਜਤਾਉਂਦੇ ਹੋਏ ਨਿਹੰਗ ਸਿੰਘ ਰੈਸਟੋਰੈਂਟ ਦੇ ਵਿੱਚ ਚਲੇ ਗਏ ਅਤੇ ਮੈਨੇਜਰ ਨਾਲ ਗੱਲ ਕੀਤੀ। ਮੈਨੇਜਰ ਨੇ ਦੱਸਿਆ ਕਿ ਹੋਟਲ ਦਾ ਮਾਲਕ ਵਿਦੇਸ਼ ਰਹਿੰਦਾ ਹੈ। ਜਿਸ ਤੋਂ ਬਾਅਦ ਨਿਹੰਗ ਸਿੰਘ ਸਤਿੰਦਰ ਸਿੰਘ ਨੇ ਉਹਨੂੰ ਫੋਨ ਕੀਤਾ ਅਤੇ ਕਿਹਾ ਕਿ ਸਿੰਘ ਦਾ ਮਤਲਬ ਸ਼ੇਰ ਹੁੰਦਾ ਹੈ ਅਤੇ ਸ਼ੇਰ ਪਰਾਂਠਾ ਕਿਵੇਂ ਹੋ ਗਿਆ। ਸੋ ਬਿਲਕੁਲ ਜੀ, ਇਹ ਬਿਲਕੁਲ ਮੈਨੂੰ ਤਾਂ ਇਹ ਨਹੀਂ ਠੀਕ ਲੱਗਦਾ, ਹੋਣਾ ਵੀ ਨਹੀਂ ਚਾਹੀਦਾ ਇੱਦਾਂ ਕਿਸੇ ਦਾ ਵੀ, ਕਿਉਂਕਿ ਦੇਖੋ ਸਰਨੇਮ ਵੀ ਆ ਇਹ, ਹੈ ਨਾ, ਅਤੇ ਫੈਮਿਲੀ ਨੇਮ ਵੀ ਆ, ਅਤੇ ਬਾਕੀ ਵੀ ਕਿਸੇ ਵੀ ਧਰਮ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਉਹ ਨਹੀਂ ਹੋਣੀਆਂ ਚਾਹੀਦੀਆਂ। ਕਦੀ ਵੀ ਇਹ ਤੁਸੀਂ ਮਜ਼ਾਕ ਨਾ ਉਡਾਓ ਕਿਸੇ ਦਾ, ਕਿਉਂਕਿ ਫਿਰ ਬਾਅਦ ਦੇ ਵਿੱਚ ਜਿਹੜੀ ਤੁਹਾਨੂੰ ਮੁਸੀਬਤ ਹੋਏਗੀ ਹੋਏਗੀ। ਸੋ ਸੋਚ ਸਮਝ ਕੇ ਦੱਸੋ, ਰੈਸਟੋਰੈਂਟ ਖੋਲ੍ਹ ਰਹੇ ਹਾਂ ਅਤੇ ਤੁਸੀਂ ਨਾਂ ਦੇ ਉੱਤੇ ਇੱਦਾਂ ਕਰ ਰਹੇ ਹਾਂ। ਸੋ ਮੈਂ ਨਹੀਂ ਇਸ ਚੀਜ਼ ਨੂੰ ਸਮਝਦਾ ਚੰਗਾ। ਸੋ ਬਹਿਸ ਤੋਂ ਬਾਅਦ ਮਾਲਕ ਨੇ ਮੰਨਿਆ ਕਿ ਉਹ ਤੋਂ ਗਲਤੀ ਹੋ ਗਈ ਹੈ ਅਤੇ ਉਹ ਨਾਮ ਬਦਲਣਗੇ, ਅਤੇ ਉਹ ਖੁਦ ਵੀ ਇੱਕ ਸਿੰਘ ਆ। ਅਤੇ ਨਿਹੰਗ ਸਿੰਘ ਸਤਿੰਦਰ ਸਿੰਘ ਨੇ ਦੱਸਿਆ ਕਿ ਇਸ ਨਾਮ 'ਤੇ ਇਤਰਾਜ਼ ਆ, ਕਿਉਂਕਿ ਉਹਨਾਂ ਨੂੰ ਗੁਰੂਆਂ ਨੇ ਇਹ ਨਾਮ ਬਖਸ਼ਿਆ ਆ ਔਰ ਪਤਾ ਤੁਹਾਨੂੰ ਸਿੰਘ ਨਾਮ ਦੀ ਕਿੰਨੀ ਮਹੱਤਤਾ ਆ। ਜਿਹੜੇ ਸਿੱਖੀਜ਼ਮ ਦੇ ਵਿੱਚ ਸਾਰਿਆਂ ਦੇ ਨਾਮ ਦੇ ਪਿੱਛੇ ਵੀ ਸਿੰਘ ਲੱਗਦਾ, ਕਿੰਨੀਆਂ ਭਾਵਨਾਵਾਂ ਹੱਥ ਕੀਤੀਆਂ। ਸੋ ਸੋਚਣਾ ਚਾਹੀਦਾ ਜੀ, ਅਤੇ ਬਾਕੀ ਚੈੱਕ ਕਰ ਲਿਓ ਖਬਰ।